ਚੱਲਦੀ ਕਰੇਟਾ ਕਾਰ ਦਾ ਅਚਾਨਕ ਟਾਇਰ ਫਟ ਗਿਆ, ਜਿਸ ਤੋਂ ਬਾਅਦ ਅੱਗੇ ਜਾ ਰਹੇ ਈ ਰਿਕਸ਼ਾ ਦੇ ਵਿੱਚ ਜ਼ੋਰਦਾਰ ਟੱਕਰ ਵੱਜੀ ਔਰ ਕਰੇਟਾ ਕਾਰ ਪਲਟੀਆਂ ਖਾ ਕੇ ਖੇਤਾਂ ਵਿੱਚ ਜਾ ਕੇ ਡਿੱਗੀ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਈ ਰਿਕਸ਼ਾ ਦੇ ਵਿੱਚ ਇੱਕ ਪੂਰਾ ਪਰਿਵਾਰ ਬੈਠਾ ਸੀ ਤਾਂ ਪਿੱਛੋਂ ਆ ਰਹੀ ਕਰੇਟਾ ਕਾਰ ਇਸੇ ਈ ਰਿਕਸ਼ਾ ਦੇ ਵਿੱਚ ਵੱਜੀ, ਜਿਸ ਤੋਂ ਬਾਅਦ ਪਲਟੀਆਂ ਖਾ ਕੇ ਖੇਤਾਂ ਵੱਲ ਜਾ ਕੇ ਡਿੱਗੀ। ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਬਟਾਲਾ ਦੇ ਵਨ ਵੇ ਹਾਈਵੇ ਦੇ ਉੱਪਰ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਕਰੇਟਾ ਕਾਰ ਦਾ ਟਾਇਰ ਫਟ ਗਿਆ ਔਰ ਸੜਕ 'ਤੇ ਜਾ ਰਹੇ ਸਵਾਰੀਆਂ ਦੇ ਨਾਲ ਭਰੇ ਈ ਰਿਕਸ਼ੇ ਦੇ ਵਿੱਚ ਜ਼ੋਰਦਾਰ ਟੱਕਰ ਵੱਜੀ। ਖੇਤਾਂ ਵਿੱਚ ਜਾ ਕੇ ਇਹ ਕਰੇਟਾ ਕਾਰ ਡਿੱਗ ਪਈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਸੱਟਾਂ ਲੱਗੀਆਂ ਨੇ, ਜਿਸ ਤੋਂ ਬਾਅਦ ਈ ਰਿਕਸ਼ਾ ਸਵਾਰੀਆਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮੌਕੇ 'ਤੇ SSF ਦੀ ਟੀਮ ਵੀ ਪਹੁੰਚ ਗਈ, ਜਿਨ੍ਹਾਂ ਦੇ ਵੱਲੋਂ ਕਰੇਟਾ ਕਾਰ ਦੇ ਵਿੱਚ ਸਵਾਰ ਇੱਕ ਸ਼ਖਸ ਨੂੰ ਬਾਹਰ ਕੱਢਿਆ ਅਤੇ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ। ਮਾਮੂਲੀ ਸੱਟਾਂ ਲੱਗੀਆਂ ਨੇ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਤਾਂ ਦੱਸਦੀ ਹੈ ਕਿ ਕਰੇਟਾ ਕਾਰ ਜੋ ਕਿ ਤੇਜ਼ ਰਫਤਾਰ ਦੇ ਨਾਲ ਆ ਰਹੀ ਸੀ, ਅਚਾਨਕ ਸੜਕ 'ਤੇ ਟਾਇਰ ਫਟ ਗਿਆ, ਅੱਗੇ ਜਾ ਰਹੇ ਈ ਰਿਕਸ਼ਾ ਦੇ ਵਿੱਚ ਜ਼ੋਰਦਾਰ ਟੱਕਰ ਵੱਜੀ। ਸਾਨੂੰ ਦੱਸਿਆ ਸੀ, ਖੜ੍ਹੇ ਸੀ ਚੌਂਕ ਦੇ ਵਿੱਚ, ਉੱਥੋਂ ਆਣ ਕੇ ਆਪਾਂ ਐਕਸੀਡੈਂਟ ਜਾ ਕੇ ਜਲਦੀ ਜਲਦੀ ਕੱਢ ਕੇ ਉਹਨਾਂ ਨੂੰ ਅਤੇ ਨਿਸ਼ਾਰਾ ਬੱਚਾ ਸੀ ਹੋਸਪਿਟਲ ਛੱਡੇ ਹਾਂ। ਅਤੇ ਆਟੋ ਵਾਲੇ ਜਿਹੜੇ ਪੰਜ ਜਣੇ, ਗੱਡੀ ਵਾਲਾ ਕਹਿੰਦਾ ਕਿ ਅਸੀਂ ਖੱਬੀ ਸੱਜੀ ਕੂਹਣੀ 'ਤੇ ਸੱਟ ਲੱਗੀ। ਕਿਹੜੀ ਕਾਰ ਹੈ ਜੀ? ਕਰੇਟਾ ਆ। ਕਰੇਟਾ ਹੈ ਜੀ। ਅਤੇ ਦੂਜਾ ਕੀ ਹੈਗਾ? ਈ ਰਿਕਸ਼ਾ। ਈ ਰਿਕਸ਼ਾ। ਕਿੰਨੇ ਸਵਾਰੀ ਈ ਰਿਕਸ਼ੇ? ਪੰਜ ਜਣੇ ਸੀ, ਘਰ ਦੀ ਫੈਮਿਲੀ ਸੀ। ਅਤੇ ਇਹ ਕਰੇਟਾ 'ਚ? ਕਰੇਟਾ ਹੀ ਸਿੰਗਲ ਬੰਦਾ ਸੀ। ਸਿੰਗਲ ਬੰਦਾ ਸੀ, ਬਚਾਇਆ ਸਾਰਿਆਂ ਦਾ? ਹਾਂਜੀ ਬਚਾਇਆ। ਇਹਨਾਂ ਨੂੰ ਕਿੱਥੇ ਭੇਜਿਆ ਹੁਣ? ਇਹ ਪ੍ਰਾਈਵੇਟ ਹਸਪਤਾਲ ਕਰਦੇ ਆ। ਤੁਸੀਂ ਤੁਸੀਂ ਕਿਹੜੇ? ਹਾਂਜੀ ਤੁਸੀਂ SSF ਰੋਡ ਸੁਰੱਖਿਆ ਵਾਲੇ। ਅੱਛਾ, ਅਤੇ ਇਹ ਮਤਲਬ ਮੌਕੇ 'ਤੇ ਤੁਸੀਂ ਪਹੁੰਚ ਗਏ ਅਤੇ ਸਵਾਰੀਆਂ ਹਸਪਤਾਲ ਭੇਜਤੀਆਂ? ਹਾਂਜੀ ਹਸਪਤਾਲ ਛੱਡ ਕੇ ਜਾ। ਚੱਲਦੀ ਕਰੇਟਾ ਕਾਰ ਦਾ ਅਚਾਨਕ ਟਾਇਰ ਫਟ ਗਿਆ, ਜਿਸ ਤੋਂ ਬਾਅਦ ਅੱਗੇ ਜਾ ਰਹੇ ਈ ਰਿਕਸ਼ਾ ਦੇ ਵਿੱਚ ਜ਼ੋਰਦਾਰ ਟੱਕਰ ਵੱਜੀ ਔਰ ਕਰੇਟਾ ਕਾਰ ਪਲਟੀਆਂ ਖਾ ਕੇ ਖੇਤਾਂ ਵਿੱਚ ਜਾ ਕੇ ਡਿੱਗੀ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਈ ਰਿਕਸ਼ਾ ਦੇ ਵਿੱਚ ਇੱਕ ਪੂਰਾ ਪਰਿਵਾਰ ਬੈਠਾ ਸੀ ਤਾਂ ਪਿੱਛੋਂ ਆ ਰਹੀ ਕਰੇਟਾ ਕਾਰ ਇਸੇ ਈ ਰਿਕਸ਼ਾ ਦੇ ਵਿੱਚ ਵੱਜੀ, ਜਿਸ ਤੋਂ ਬਾਅਦ ਪਲਟੀਆਂ ਖਾ ਕੇ ਖੇਤਾਂ ਵੱਲ ਜਾ ਕੇ ਡਿੱਗੀ। ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਬਟਾਲਾ ਦੇ ਵਨ ਵੇ ਹਾਈਵੇ ਦੇ ਉੱਪਰ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਕਰੇਟਾ ਕਾਰ ਦਾ ਟਾਇਰ ਫਟ ਗਿਆ ਔਰ ਸੜਕ 'ਤੇ ਜਾ ਰਹੇ ਸਵਾਰੀਆਂ ਦੇ ਨਾਲ ਭਰੇ ਈ ਰਿਕਸ਼ੇ ਦੇ ਵਿੱਚ ਜ਼ੋਰਦਾਰ ਟੱਕਰ ਵੱਜੀ। ਖੇਤਾਂ ਵਿੱਚ ਜਾ ਕੇ ਇਹ ਕਰੇਟਾ ਕਾਰ ਡਿੱਗ ਪਈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਸੱਟਾਂ ਲੱਗੀਆਂ ਨੇ, ਜਿਸ ਤੋਂ ਬਾਅਦ ਈ ਰਿਕਸ਼ਾ ਸਵਾਰੀਆਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮੌਕੇ 'ਤੇ SSF ਦੀ ਟੀਮ ਵੀ ਪਹੁੰਚ ਗਈ, ਜਿਨ੍ਹਾਂ ਦੇ ਵੱਲੋਂ ਕਰੇਟਾ ਕਾਰ ਦੇ ਵਿੱਚ ਸਵਾਰ ਇੱਕ ਸ਼ਖਸ ਨੂੰ ਬਾਹਰ ਕੱਢਿਆ ਅਤੇ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ। ਮਾਮੂਲੀ ਸੱਟਾਂ ਲੱਗੀਆਂ ਨੇ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਤਾਂ ਦੱਸਦੀ ਹੈ ਕਿ ਕਰੇਟਾ ਕਾਰ ਜੋ ਕਿ ਤੇਜ਼ ਰਫਤਾਰ ਦੇ ਨਾਲ ਆ ਰਹੀ ਸੀ, ਅਚਾਨਕ ਸੜਕ 'ਤੇ ਟਾਇਰ ਫਟ ਗਿਆ, ਅੱਗੇ ਜਾ ਰਹੇ ਈ ਰਿਕਸ਼ਾ ਦੇ ਵਿੱਚ ਜ਼ੋਰਦਾਰ ਟੱਕਰ ਵੱਜੀ। ਸਾਨੂੰ ਦੱਸਿਆ ਸੀ, ਖੜ੍ਹੇ ਸੀ ਚੌਂਕ ਦੇ ਵਿੱਚ, ਉੱਥੋਂ ਆਣ ਕੇ ਆਪਾਂ ਐਕਸੀਡੈਂਟ ਜਾ ਕੇ ਜਲਦੀ ਜਲਦੀ ਕੱਢ ਕੇ ਉਹਨਾਂ ਨੂੰ ਅਤੇ ਨਿਸ਼ਾਰਾ ਬੱਚਾ ਸੀ ਹੋਸਪਿਟਲ ਛੱਡੇ ਹਾਂ। ਅਤੇ ਆਟੋ ਵਾਲੇ ਜਿਹੜੇ ਪੰਜ ਜਣੇ, ਗੱਡੀ ਵਾਲਾ ਕਹਿੰਦਾ ਕਿ ਅਸੀਂ ਖੱਬੀ ਸੱਜੀ ਕੂਹਣੀ 'ਤੇ ਸੱਟ ਲੱਗੀ। ਕਿਹੜੀ ਕਾਰ ਹੈ ਜੀ? ਕਰੇਟਾ ਆ। ਕਰੇਟਾ ਹੈ ਜੀ। ਅਤੇ ਦੂਜਾ ਕੀ ਹੈਗਾ? ਈ ਰਿਕਸ਼ਾ। ਈ ਰਿਕਸ਼ਾ। ਕਿੰਨੇ ਸਵਾਰੀ ਈ ਰਿਕਸ਼ੇ? ਪੰਜ ਜਣੇ ਸੀ, ਘਰ ਦੀ ਫੈਮਿਲੀ ਸੀ। ਅਤੇ ਇਹ ਕਰੇਟਾ 'ਚ?
ਕਰੇਟਾ ਹੀ ਸਿੰਗਲ ਬੰਦਾ ਸੀ, ਸਿੰਗਲ ਬੰਦਾ ਸੀ, ਬਚਾਇਆ ਸਾਰਿਆਂ ਦਾ? ਹਾਂਜੀ ਬਚਾਇਆ। ਇਹਨਾਂ ਨੂੰ ਕਿੱਥੇ ਭੇਜਿਆ ਹੁਣ? ਇਹ ਪ੍ਰਾਈਵੇਟ ਹਸਪਤਾਲ ਕਰਦੇ ਆ। ਤੁਸੀਂ ਤੁਸੀਂ ਕਿਹੜੇ? ਹਾਂਜੀ ਤੁਸੀਂ SSF ਰੋਡ ਸੁਰੱਖਿਆ ਵਾਲੇ। ਅੱਛਾ, ਤੇ ਇਹ ਮਤਲਬ ਮੌਕੇ ਤੇ ਤੁਸੀਂ ਪਹੁੰਚ ਗਏ ਤੇ ਸਵਾਰੀਆਂ ਹਸਪਤਾਲ ਭੇਜਤੀਆਂ? ਹਾਂਜੀ ਹਸਪਤਾਲ ਛੱਡ ਕੇ ਆਏ ਜਾਂਦੇ।